ਬਠਿੰਡਾ ਦੇ ਗੋਨਿਆਣਾ ਰੋਡ ਤੇ ਪੈਟਰੋਲ ਪੰਪ ਤੋਂ ਪੈਸੇ ਲੁੱਟਣ ਵਾਲੇ ਚੜ੍ਹੇ ਪੁਲਿਸ ਦੇ ਹੱਥੇ। ਅਸਲਾ ਅਤੇ ਪੈਸੇ ਵੀ ਕੀਤੇ ਗਏ ਬਰਾਮਦ। DSP ਪੁੱਚੋ ਰਸ਼ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਗੋਨਿਆਣਾ ਮੰਡੀ ਦੇ ਇੱਕ ਪੈਟਰੋਲ ਪੰਪ ਦੇ ਉੱਤੋਂ ਕੁਝ ਵਿਅਕਤੀਆਂ ਵੱਲੋਂ ਕਰਿੰਦੇ ਤੋਂ ਲੁੱਟਮਾਰ ਕੀਤੀ ਗਈ ਸੀ ਅਤੇ ਉਹਨਾਂ ਦੇ ਕੋਲੋਂ ਇੱਕ ਅਸਲਾ ਵੀ ਬਰਾਮਦ ਕੀਤਾ ਗਿਆ ਅਤੇ ਉਹਨਾਂ ਤੋਂ ਪੈਸੇ ਵੀ ਬਰਾਮਦ ਕਰ ਲਏ ਗਏ ਹਨ, ਜਿਨ੍ਹਾਂ 'ਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਥਾਣਾ ਨਈਆਂਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਵਿਅਕਤੀਆਂ ਨੂੰ ਅਸਲੀ ਸਮੇਤ ਗ੍ਰਿਫਤਾਰ ਕਰ ਲਿਆ ਹੈ। 29-9 ਨੂੰ SR ਪੰਪ ਹੈਗਾ ਨਈਆਂਵਾਲਾ ਗੋਨਿਆਣਾ ਰੋਡ 'ਤੇ, ਬਠਿੰਡਾ ਗੋਨਿਆਣਾ ਰੋਡ 'ਤੇ ਜਦੋਂ ਆਪਾਂ ਜਾਈਏ ਤਾਂ ਲੈਫਟ ਹੈਂਡ ਸਾਈਡ 'ਤੇ ਪੈਂਦਾ ਹੈ। ਉੱਥੇ 29-9 ਨੂੰ ਰਾਤ ਸਮੇਂ ਤਕਰੀਬਨ 1:30 ਵਜੇ ਇੱਕ ਮੋਟਰਸਾਈਕਲ 'ਤੇ 3 ਨੌਜਵਾਨ ਆਏ ਸੀ। ਉਹਨਾਂ ਨੇ ਵਾਚਮੈਨ ਨੂੰ ਉਠਾ ਕੇ, ਉਸ ਟਾਈਮ ਇਕੱਲਾ ਹੀ ਬੰਦਾ ਸੀਗਾ ਵਾਚਮੈਨ ਕਮ ਸੇਲਸਮੈਨ ਸੀ ਉਹ, ਅਤੇ ਉਹਦੇ ਤੋਂ ਉਹਦੀ 12 ਬੋਰ ਰਾਈਫਲ ਅਤੇ 15,000 ਕੈਸ਼ ਸੀਗਾ ਉਹ ਖੋ ਕੇ ਲੈ ਗਏ ਸੀਗੇ। ਅਤੇ ਉਹਦੇ ਰਿਗਾਰਡਿੰਗ ਬੜਾ ਸੈਂਸੇਸ਼ਨਲ ਸੀ ਕਿਉਂਕਿ ਇੱਕ ਵੈਪਨ ਇਸ ਇੰਸੀਡੈਂਟ 'ਚ ਗਿਆ ਸੀਗਾ ਅਤੇ ਉਹ ਵੈਪਨ ਕਿਤੇ ਵੀ ਮਿਸਯੂਜ਼ ਹੋ ਸਕਦਾ ਸੀਗਾ। ਸਾਨੂੰ ਖਦਸ਼ਾ ਸੀਗਾ ਕਿ ਉਸ ਵੈਪਨ ਨਾਲ ਕੋਈ ਹੋਰ ਵਾਰਦਾਤ ਨਾ ਹੋਵੇ, ਪਰ SHO ਨਈਆਂਵਾਲ ਬਲਕੌਰ ਸਿੰਘ ਅਤੇ SHO ਲਥਾਣਾ ਵਿਕਰਮਜੀਤ ਸਿੰਘ ਇਹਨਾਂ ਨੇ ਆਪਣੀਆਂ ਟੀਮਾਂ ਬਣਾ ਕੇ ਬੜੀ ਮਿਹਨਤ ਨਾਲ ਇਹ ਕੇਸ ਟਰੇਸ ਕੀਤਾ ਅਤੇ ਇਹਦੇ ਵਿੱਚ 3 ਨੌਜਵਾਨ ਉਹਨਾਂ ਦੀ ਪਛਾਣ ਹੋ ਗਈ। ਉਹਨਾਂ 'ਚ 2 ਬੰਦੇ ਸੁਰਜੀਤ ਸਿੰਘ ਅਤੇ ਇੱਕ ਰਾਹੁਲ ਕੁਮਾਰ, ਇਹ ਦੋਨੇ ਅਰੈਸਟ ਕਰ ਲਏ ਨੇ। ਉਸ ਤੋਂ ਬਾਅਦ ਇਸ ਲੜੀ 'ਚ ਜਿਹੜਾ ਵੈਪਨ ਖੋਇਆ ਗਿਆ ਸੀਗਾ ਉਹਨਾਂ ਨੇ ਕੀ ਕੀਤਾ ਕਿ ਜਿਹੜੀ 12 ਬੋਰ ਰਾਈਫਲ ਸੀਗੀ ਉਹਦੀ ਬੈਰਲ ਵੀ ਕੱਟ ਕੇ ਛੋਟੀ ਕਰਤੀ ਅਤੇ ਉਹਦਾ ਬੱਟ ਵੀ ਕੱਟ ਕੇ ਛੋਟਾ ਕਰਤਾ ਅਤੇ ਉਹ ਰਾਈਫਲ ਅਸੀਂ ਬਰਾਮਦ ਕਰ ਲਈ ਹੈ। 2 ਦੋਸ਼ੀ ਇਹ 'ਚ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, 1 ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।